हाँ जी, ਸਤਿ ਸ਼੍ਰੀ ਅਕਾਲ ਬੱਚੋ ਸਾਰਿਆਂ ਨੂੰ। ਸੋ ਅੱਜ ਦੇ ਸੈਸ਼ਨ ਤੁਹਾਡੇ ਲਈ ਬੜਾ ਖਾਸ ਹੋਣ ਜਾ ਰਿਹਾ ਹੈ। ਜਿਵੇਂ ਕਿ ਸਭ ਨੂੰ ਪਤਾ ਹੈ ਵੀ PSSB ਨੇ ਫਾਈਨਲੀ ਫਿਰ ਆਪਦਾ ਕਲੈਰੀਕਲ ਦਾ ਐਗਜ਼ਾਮ 6 ਅਗਸਤ ਅੱਜ ਕੰਡਕਟ ਕਰ ਲਿਆ ਹੈ। ਸੋ ਅੱਜ ਦੇ ਸਵਾਲ ਬੱਚੋ ਬੜੇ ਲਾਜਵਾਬ ਹੈ। ਕੁਐਸਚਨ ਪੇਪਰ ਜਿਵੇਂ ਕਿ ਸਭ ਨੂੰ ਪਤਾ ਹੈ ਆਪਣੇ ਕੋਲੇ ਪਹੁੰਚ ਚੁੱਕਿਆ ਹੈ। ਸੋ ਵਧੀਆ ਤਰੀਕੇ ਨਾਲ ਅੱਜ ਆਪਾਂ ਇਸ ਪੇਪਰ ਦਾ ਕਰਾਂਗੇ ਰਿਵਿਊ। ਬਾਕੀ ਤੁਸੀਂ ਪੰਜਾਬ ਦੇ ਕੱਲ ਜਾਂ ਹਾਂ ਕੱਲ ਦੀ ਗੱਲ ਹੀ ਹੈ ਵੈਸੇ, ਤੁਸੀਂ ਸਾਰੇ ਰੰਗ ਢੰਗ ਆਪਣੇ ਪੰਜਾਬ ਦੇ ਐਜੂਕੇਟਰਸ ਦੇ ਦੇਖ ਹੀ ਲਏ ਹੋਣਗੇ। ਐਨਾਲਿਸਿਸ ਅਵਾਰਡ ਦਾ ਜਿਵੇਂ ਕਹਿੰਦੇ ਵੀ ਆਲਰੇਡੀ ਜਲੂਸ ਕੱਢ ਦਿੱਤਾ ਗਿਆ। ਸੋ ਅੱਜ ਫਿਰ ਮੈਂ ਐਨਾਲਿਸਿਸ ਨਹੀਂ ਬੱਚੋ, ਅੱਜ ਫਿਰ ਮੈਂ ਰਿਵਿਊ ਕਰੂੰਗਾ। ਕਿਉਂਕਿ ਜਿਵੇਂ ਕੱਲ ਮੈਂ ਆਪ ਵੀ ਬਹੁਤ ਮਤਲਬ ਫ੍ਰੀ ਬੈਠਾ ਸੀਗਾ, ਵੀ ਚੱਲ ਦੇਖਦੇ ਆ ਵੀ ਐਨਾਲਿਸਿਸ ਚੱਲੀ ਜਾਂਦਾ। ਐਨਾਲਿਸਿਸ ਦੇ ਨਾਮ ਤੇ ਮਤਲਬ ਆਪਾਂ ਹਿਸਾਬ ਲਓ ਵੀ ਘੰਟਾ ਘੰਟਾ ਬੱਚਿਆਂ ਦਾ ਪੈਕ ਤੇ ਸਮਾਂ ਬਰਬਾਦ ਕੀਤਾ ਜਾਂਦਾ, ਉਹਦੇ ਵਿੱਚ ਗੱਲ ਧੇਲੇ ਦੀ ਵੀ ਨਹੀਂ ਹੁੰਦੀ। ਮੈਨੂੰ ਐਂ ਸਮਝ ਨਹੀਂ ਆਉਂਦਾ ਵੀ ਥੰਬਨੇਲ ਹੁੰਦਾ ਵੀ ਐਗਜ਼ਾਮ ਦਾ ਐਨਾਲਿਸਿਸ, ਜਦੋਂ ਉਹ ਸੈਸ਼ਨ ਸਟਾਰਟ ਹੁੰਦਾ। ਪੇਪਰ ਬਹੁਤ ਸੌਖਾ ਸੀ ਜੀ, ਪੇਪਰ ਸਾਡੇ ਕਿਰਾਏ ਚੋਂ ਆ ਗਿਆ। ਫਟਾਫਟ ਇਸ ਨੰਬਰ ਤੇ ਕੁਐਸਚਨ ਭੇਜ ਦਿਓ ਜੀ, ਫਟਾਫਟ ਇਸ ਨੰਬਰ ਤੇ ਕੁਐਸਚਨ ਭੇਜ ਦਿਓ। ਉਹ ਥੱਲੇ ਵਿੱਚ ਕਮੈਂਟਾਂ 'ਚ ਬੱਚੇ ਪੁੱਛੀ ਜਾਂਦੇ ਹੁੰਦੇ ਆ। ਮੈਂ ਕੱਲ ਆਪ ਖੁਦ ਲਾਈਵ ਦੇਖਿਆ, ਇੱਕ ਤਾਂ ਹੁੰਦੀ ਵੀ ਗੱਲ ਸੁਣੀ ਸੁਣਾਈ ਹੈ ਕਿ ਬੰਦਾ ਯਾਰ ਕਿਵੇਂ ਸੋਚ ਕੇ ਮਤਲਬ ਇਹ ਸੈਸ਼ਨ ਹੋ ਰਹੇ ਆ, ਕਿਵੇਂ ਸੋਚ ਕੇ ਵੀ ਐਜੂਕੇਸ਼ਨ ਦਾ ਮਤਲਬ ਇੱਕ ਹਿਸਾਬ ਨਾਲ ਕੀ ਹੈ ਵੀ ਇੰਨਾ ਮਤਲਬ ਘਟੀਆ ਲੈਵਲ ਤੇ ਲੈ ਕੇ ਜਾ ਚੁੱਕੇ ਆਲਰੇਡੀ ਐਜੂਕੇਟਰਸ। ਕੱਲ ਮੈਂ ਦੇਖਿਆ ਵੀ ਸੈਸ਼ਨ ਲਾਉਣਾ ਜ਼ਰੂਰੀ ਹੈ, ਵਿੱਚ ਵਿਚਾ ਕਦੀ ਕੱਖ ਨਾ ਹੋਵੇ। ਮਤਲਬ ਬੱਚੇ ਕਮੈਂਟਾਂ 'ਚ ਪੁੱਛੇ ਜਾਂਦੇ ਵੀ ਸਰ ਸਾਇੰਸ ਐਂਡ ਟੈਕਨੋਲੋਜੀ ਦੇ ਕਿੰਨੇ ਕੁਐਸਚਨ ਹੈ, ਉਹ ਸਾਹਮਣੇ ਨੰਬਰ ਦੱਸੀ ਜਾਂਦੇ ਆ, ਸਾਨੂੰ ਕੁਐਸਚਨ ਨਾ ਇਸ ਨੰਬਰ ਤੇ ਭੇਜ ਦਿਓ, ਵੀ ਫਿਰ ਤੁਸੀਂ ਐਨਾਲਿਸਿਸ ਕਾਹਦਾ ਕਰ ਰਹੇ ਹੋ ਬਈ। ਸੋ ਇਹ ਸੈਸ਼ਨ ਆਪਣਾ ਅੱਜ ਦਾ, ਪਹਿਲੀ ਗੱਲ ਤਾਂ ਬੱਚੋ ਇਹੋ ਜਿਹਾ ਨਹੀਂ ਹੋਣਾ, ਦੂਜੀ ਗੱਲ ਇਹਦੇ ਵਿੱਚ ਵਧੀਆ ਸਾਫ਼ ਸੁਥਰਾ ਰਿਵਿਊ ਹੋਊਗਾ ਤੇ ਦੱਸਾਂਗੇ ਤੁਹਾਨੂੰ ਪੜ੍ਹਾਈ ਵਾਕਈ ਕਿਹੋ ਜਿਹੀ ਕਰਨੀ ਚਾਹੀਦੀ ਹੈ, ਕਿੱਥੋਂ ਕਰਨੀ ਚਾਹੀਦੀ ਹੈ, ਕਿਵੇਂ ਕਰਨੀ ਚਾਹੀਦੀ ਹੈ, ਕੁਆਲਿਟੀ ਐਜੂਕੇਸ਼ਨ ਕਿਵੇਂ ਮੈਟਰ ਕਰਦੀ ਹੈ। ਅੱਜ ਤੁਹਾਨੂੰ ਮੈਂ ਦੱਸੂਗਾ ਵੀ ਉਹ 4 ਤੋਂ 5 ਸਵਾਲ ਜਿਹੜੇ ਕਿ ਡਿਸਾਈਡਿੰਗ ਫੈਕਟਰ ਹੁੰਦੇ ਆ ਬੱਚੇ ਦੀ ਮੈਰਿਟ ਲਿਸਟ ਦੇ ਵਿੱਚ ਸ਼ਾਮਿਲ ਹੋਣ ਤੇ, ਉਹ ਕਿੱਥੋਂ ਕੀਤੇ ਜਾ ਸਕਦੇ ਆ ਤੇ ਕਿਵੇਂ ਆਪਣਾ ਜਿਹੜਾ ਨੰਬਰ 1 ਵਾਲਾ ਬੈਚ ਹੈ ਉਹ ਕਿਵੇਂ ਅੱਜ ਉਸ ਬੈਚ ਨੇ ਗਰਦ ਕੱਢੀ ਹੈ, ਵਿਦ ਪ੍ਰੂਫ ਦੱਸਾਂਗੇ ਸਭ ਤੋਂ ਵੱਡੀ ਗੱਲ, ਠੀਕ ਹੈ ਨਾ। ਸੋ ਮੈਂ ਕਹਿੰਦਾ ਵੀ ਇਹ ਪੇਪਰ ਜਿਹੜਾ ਜਲਾ ਥੋੜਾ ਬਹੁਤ ਆਪਣਾ ਕਹਿ ਸਕਦੇ ਆ ਵੀ ਕਾਮਨ ਸੈਂਸ ਵਾਲਾ ਪੇਪਰ ਸੀਗਾ, ਵੀ ਬਹੁਤ ਸਵਾਲ ਤੁਸੀਂ ਕਾਮਨ ਸੈਂਸ ਦੇ ਨਾਲ ਵੀ ਸੋਲਵ ਕਰ ਸਕਦੇ ਸੀਗੇ। ਜਿਵੇਂ ਪਹਿਲਾ ਸਵਾਲ ਆ ਗਿਆ, ਹੁਣ ਬਹੁਤ ਵਿੱਚ ਹੋ ਸਕਦਾ ਪੇਪਰ 'ਚ ਨੂੰ ਦੇਖ ਕੇ ਡਰ ਜੇ, ਘਾਬਰ ਜੇ ਯਾਰ ਵੀ ਆਹ ਕੀ ਆ ਗਿਆ, ਉਹ ਤਕਸ਼ਿਲਾ ਹੋ ਸਕਦਾ ਵੀ ਉਹ ਤੋਂ ਪੜ੍ਹਿਆ ਵੀ ਨਾ ਜਾਵੇ, ਉਹ ਤਕਸ਼ ਕੁਛ ਵੀ ਕਰ ਸਕਦਾ ਇਹਦਾ। ਬਟ ਫਿਰ ਵੀ ਆਪਾਂ ਗੈਸ ਕਰ ਸਕਦੇ ਹਾਂ ਵੀ ਜਦੋਂ ਵੀ ਮੈਂ ਐਂਸ਼ੀਅੰਟ ਹਿਸਟਰੀ ਦੀ ਗੱਲ ਕਰਦਾ, ਆਪਾਂ ਨਲੰਦਾ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ, ਆਪਾਂ ਤਕਸ਼ਿਲਾ ਦੇ ਵਿੱਚ ਪੜ੍ਹਾਈ ਦੀ ਗੱਲ ਕਰਦੇ ਹਾਂ। ਸੋ ਬਹੁਤ ਹੀ ਕਾਮਨ ਸੈਂਸ ਵਾਲਾ ਸਵਾਲ ਸੀਗਾ, ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਮੇਰੇ ਕਿਰਾਏ 'ਚੋਂ ਆ ਗਿਆ ਜਾਂ ਤੁਹਾਡੇ ਪੜ੍ਹੇ 'ਚੋਂ ਨਹੀਂ ਆਇਆ, ਇਹ ਕਾਮਨ ਸੈਂਸ ਬੇਸਡ ਕੁਐਸਚਨ ਹੈ। ਬਾਕੀ ਇਸ ਬੱਚੇ ਨੇ ਸਹੀ ਵੀ ਟਿਕ ਲਾਇਆ ਜਮਾ ਸਹੀ ਹੈ। ਹੁਣ ਅਗਲਾ ਸਵਾਲ ਆਪਣੀਆਂ ਬਚਪਨ ਦੀਆਂ ਸਟੋਰੀਆਂ ਵਾਲਾ ਸਵਾਲ ਆ ਗਿਆ, ਇਹਨੂੰ ਆਪਾਂ ਕਹਿ ਸਕਦੇ ਹਾਂ ਵੀ 1 ਨੰਬਰ ਆਪਾਂ ਲਿਖ ਲੈਂਦੇ ਸਾਈਡ ਤੇ ਵੀ ਇਹ ਕੁਐਸਚਨ ਬਹੁਤ ਟਫ ਹੈ, ਕਿਉਂਕਿ ਜਿਵੇਂ ਕਿ ਆ ਬੱਚਾ ਹੀ ਆਲਰੇਡੀ ਕੀ ਹੈ ਮਾਰ ਖਾ ਚੁੱਕਿਆ, ਇਹਨੇ ਲੂਣਾ ਟਿਕ ਲਾਇਆ, ਮਤਲਬ ਪੂਰਨ ਭਗਤ ਦੀ ਮਾਤਾ ਜੀ ਦਾ ਨਾਮ ਪੁੱਛਿਆ ਗਿਆ, ਇਹ ਬੱਚੋ ਰਾਣੀ ਸੀ, ਰਾਣੀ ਇਛਰਾਂ, ਇਹਦਾ ਆਨਸਰ ਆਊਗਾ ਆਪਣਾ ਬੀ। ਹੁਣ ਤੀਜਾ ਕੁਐਸਚਨ ਬੱਚੋ ਫੇਰ ਥੋੜਾ ਜਿਹਾ ਦਿਮਾਗ ਵਾਲਾ ਸਵਾਲ ਹੈ, ਪਰ ਆਪਾਂ ਬਹੁਤ ਥਾਵਾਂ ਤੇ ਪਿੱਟਦੇ ਰਹਿੰਦੇ ਆ, ਬਾਰ ਬਾਰ ਬੋਲਦੇ ਰਹਿੰਦੇ ਆ ਵੀ ਗੁਰੂ ਜੀ ਨੇ ਆਪਦੀ ਜ਼ਿੰਦਗੀ ਦੇ ਆਖਰੀ ਸਾਲ ਕਿੱਥੇ ਬਿਤਾਏ ਆ, ਕਿੱਥੇ ਕੰਪੋਜੀਸ਼ਨ ਕੀਤੀ ਗੁਰੂ ਜੀ ਨੇ, ਕਿੱਥੇ ਮਤਲਬ ਗੁਰੂ ਜੀ ਇੱਕ ਹਿਸਾਬ ਨਾਲ ਆਪਦੇ ਸ਼ਲੋਕ ਆਪਦੀ ਬਾਣੀ ਲੋਕਾਂ ਤੱਕ ਪਹੁੰਚਾਉਂਦੇ ਸੀਗੇ, ਆਪਾਂ ਗੁਰਦੁਆਰਾ ਸਾਹਿਬ ਦੀ ਗੱਲ ਵੀ ਕੀਤੀ ਹੋਈ ਹੈ। ਸੋ ਇਹ ਵੀ ਸਵਾਲ ਕਾਮਨ ਸੈਂਸ ਵਾਲਾ ਹੈ, ਜਿਵੇਂ ਸੁਲਤਾਨਪੁਰ ਲੋਧੀ ਗੁਰੂ ਜੀ ਨੇ ਗਿਆਨ ਪ੍ਰਾਪਤੀ ਹੋਈ ਹੈ, ਲਾਹੌਰ ਤੇ ਕੀਰਤਪੁਰ, ਇਹ ਤਾਂ ਜਸਟ 4 ਆਪਸ਼ਨ ਪੇਪਰ ਵਾਲੇ ਨੇ ਇਕੱਠੇ ਕਰਨੀ ਹੈ। ਸੋ ਇਹ ਇਹੋ ਜਿਹੇ ਆਪਸ਼ਨ ਸੀਗੇ, ਪਰ ਇਹ ਬੱਚੇ ਨੇ ਸਹੀ ਟਿਕ ਲਿਆ, ਜਮਾ ਸਹੀ ਹੈ ਕਰਤਾਰਪੁਰ। ਹੁਣ ਆ ਗਿਆ ਅਗਲਾ ਸਵਾਲ, ਹੁਣ ਇਹ ਬੱਚੇ ਦਾ ਦੂਰ ਦੂਰ ਤੱਕ ਲਿੰਕ ਨਹੀਂ ਬਟ ਆਪਣਾ ਲਿੰਕ ਹੈ। ਆਪਾਂ ਇਹ ਆਪਣੀ ਅਕਬਰ ਦੀ ਕਲਾਸ ਦੇ ਵਿੱਚ ਬੱਚੋ ਆਪਾਂ ਪੂਰੀ ਸਪੈਸ਼ਲ ਥਿਊਰੀ ਪੜ੍ਹਦੇ ਹੁੰਦੇ ਹਾਂ ਵੀ ਮਜ਼ਰਨਾਮਾ ਕੀ ਸੀ ਅਕਬਰ ਦਾ, ਸੁਲ ਏ ਕੁਲ ਕੀ ਸੀ ਅਕਬਰ ਦਾ, ਯੂਨੀਵਰਸਲ ਪੀਸ ਕੀ ਹੁੰਦਾ ਹੈ, ਹਰ ਧਰਮ ਨੂੰ ਬਰਦਾਸ਼ਤ ਕਰਨਾ ਸਿੱਖੋ, ਟੋਲਰੈਂਸ, ਇਹ ਕੁੱਲ ਮਿਲਾ ਕੇ ਇਹ ਸਵਾਲ ਦੇਖ ਕੇ ਮਨ ਖੁਸ਼ ਹੁੰਦਾ ਹੈ ਵੀ ਵਾਕਈ ਕੁਆਲਿਟੀ ਐਜੂਕੇਸ਼ਨ PSSB ਕਲੈਰੀਕਲ ਦੇ ਪੇਪਰ ਦੇ ਵਿੱਚ ਵੀ ਮੈਟਰ ਕਰਦੀ ਹੈ। ਹੁਣ ਆਹ ਸਵਾਲ ਕਿਸੇ ਨੂੰ ਪਤਾ ਹੀ ਨਹੀਂ, ਬਾਹਲੀ ਗੱਲ ਕੀ ਕਰਨੀ ਹੈ, ਜਿਹੜੇ ਬੱਚੇ ਦਾ ਇਹ ਪੇਪਰ ਹੈ ਉਹ ਵੀ ਛੱਡ ਕੇ ਆਇਆ ਸਵਾਲ ਨੂੰ, ਜਦਕਿ ਇਦੂ ਸੌਖਾ ਸਵਾਲ ਮੈਂ ਕਹਿੰਦਾ ਮੁਗਲ ਅੰਪਾਇਰ ਦਾ ਹੋ ਨਹੀਂ ਸਕਦਾ। ਬਟ 99% ਬੱਚੇ ਸਾਰਾ ਦਿਨ ਯੂਟਿਊਬ ਤੇ ਬੈਠੇ ਹਾ 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 ਲਾਲਾ ਲਾਲਾ ਕਰੀ ਜਾਂਦੇ ਆ, ਹੁਣ ਪੇਪਰ ਤੋਂ ਬਾਅਦ ਢਿੱਲੇ ਹੋ ਕੇ ਬੈਠ ਗਏ ਹੋਣਗੇ ਜਿਹੜੇ ਸੈਸ਼ਨਾਂ ਦੇ ਵਿੱਚ ਵੀ ਦੱਬ ਦੋ ਗੱਡੀ, ਕਰ ਦੋ ਲਾਈਕ, ਕਰ ਦੋ ਸ਼ੇਅਰ, ਕਰ ਦੋ ਸਬਸਕ੍ਰਾਈਬ, ਵੀ ਤੁਹਾਨੂੰ ਤਾਂ ਕੁਛ ਨਹੀਂ ਮਿਲਣਾ, ਵੀ ਤੁਸੀਂ ਤਾਂ ਮਾੜਾ ਮੋਟਾ ਆਪਦਾ ਸਿਸਟਮ ਕਰੋ ਵੀ ਪੇਪਰ ਦੇਣਾ, ਪੜ੍ਹਾਈਆਂ ਕਰੋ ਚੰਗੀ, ਤੁਸੀਂ ਮਿਹਨਤ ਕਰੋ, ਸਮਝ ਗਏ ਮੇਰੀ ਗੱਲ। ਆਹ ਨੌਨ ਸਟਾਪ ਫੋਨ ਤੇ ਫੋਨ ਆ ਰਹੇ ਹੈ, ਇੰਨੇ ਪਿਆਰੇ ਪਿਆਰੇ ਬੱਚਿਆਂ ਦੇ ਕਮੈਂਟ ਆ ਰਹੇ ਹੈ, ਇਹੋ ਜਿਹੇ ਸਵਾਲ ਜਿਹੜੇ ਸੋਲਵ ਕਰਕੇ ਆਏ ਹੈ ਵੀ ਜੀ ਦੇ ਕਰਦਾ ਸੀ ਵੀ ਦਿਖਾ ਦਈਏ, ਪਰ ਮੈਂ ਸੋਚਿਆ ਚੱਲ ਠੀਕ ਹੈ ਜੀ ਆਪਾਂ ਰਿਵਿਊ ਕਰਦੇ ਹਾਂ, ਠੀਕ ਹੈ ਨਾ, ਐਡਵੋਕੇਸੀ ਕਿਸੇ ਫਿਰ ਦਿਨ ਕਰ ਲਾਂਗੇ ਆਪਾਂ। ਹੁਣ ਬੁੱਲੇ ਸ਼ਾਹ ਵਾਲਾ ਕੁਐਸਚਨ ਆ ਗਿਆ, ਮੈਂ ਫੇਰ ਕਹਿ ਰਿਹਾ ਇਹ ਸਵਾਲ ਅਗੇਨ ਕਾਮਨ ਸੈਂਸ ਵਾਲਾ, ਹੁਣ ਮੈਂ ਕੀ ਕਹਾਂ ਵੀ ਸੁਣੋ, ਬੁੱਲੇ ਸ਼ਾਹ ਸੁਣੋ ਮੈਂ ਸੂਫੀਜ਼ਮ ਚ ਕਰਾਇਆ ਸੀਗਾ, ਮੈਂ ਕਹਿੰਦਾ ਵੀ ਕਰਾਇਆ ਕੀ ਯਾਰ, ਬਾਕੀ ਆਪਸ਼ਨ ਤਾਂ ਦੇਖ ਲਓ ਤੁਸੀਂ ਤਪੱਸਿਆ ਦੇ ਲਈ,
ਸੋ ਕੋਈ ਮੈਟਰ ਕੋਈ ਮਤਲਬ ਆਪਸ਼ਨ ਕੋਈ ਹੈ ਕੋਈ ਮੇਲ ਖਾਂਦੇ ਹੈ ਕਿੱਥੇ ਬੁੱਲੇ ਸ਼ਾਹ ਸਿੱਧਾ ਆਂਸਰ ਪਹਿਲਾਂ ਸੋ ਇਹ ਸਵਾਲ ਕੰਪੀਟੀਸ਼ਨ ਵਾਲੇ ਹੈ ਹੀ ਨਹੀਂ ਕੰਪੀਟੀਸ਼ਨ ਵਾਲਾ ਸਵਾਲ ਹਜੇ ਤੱਕ ਤਾਂ ਇਕੱਲਾ ਆ ਆਇਆ ਬਸ ਮਤਲਬ ਜਿਹੜਾ ਕਿ ਮੈਰਿਟ ਲਿਸਟ ਬੱਚਾ ਆਊਗਾ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਸਭ ਨੂੰ ਪਤਾ ਹੀ ਬੱਚੋ ਖੜਕ ਸਿੰਘ ਹੈ ਉਦੋਂ ਆਪਾਂ ਪੜ੍ਹਦੇ ਹੁੰਦੇ ਹਾਂ ਵੀ ਖੜਕਾ ਤੜਕਾ ਪੂਰਾ ਹੋ ਗਿਆ ਆ ਪੜਾਕੇ ਪੈ ਗਏ ਚਾਰ ਸਾਲਾਂ 'ਚ ਪੰਜਾਬ ਦਾ ਭੰਬੜਾ ਭੂਮ ਹੋ ਗਿਆ ਸਭ ਕੁਛ ਆਪਾਂ ਦੇਖਿਆ ਹੋਇਆ ਫਿਰ ਆਪਣਾ ਆਸ ਨੂੰ ਬਹੁਤ ਦੱਸਦਾ ਹੁੰਦਾ ਮੈਂ ਜਿਹੜੇ ਆਪਣੇ MCQ ਦੇ ਸੈਸ਼ਨ ਆਪਾਂ ਲਾਏ ਵੀ ਹੈ ਤੁਸੀਂ ਬਹੁਤ ਪਿੱਟਦੇ ਰਹਿੰਦੇ ਹੋ ਪੰਜਾਬ ਜੀ ਕੇ MCQ ਪੰਜਾਬ ਜੀ ਕੇ ਸਰ ਜੀ ਫਲਾਨਾ ਚੈਨਲ ਤਾਂ ਜੀ 3600 ਸਵਾਲ ਕਰਾਈ ਬੈਠਾ ਤੇ ਮੈਂ ਕਹਿ ਦਿੰਦਾ ਹੁਣ ਵੀ ਕਲਾਸਾਂ ਮੇਰੀਆਂ 10 ਵਾਧੂ ਹੈ ਜੇ ਪੇਪਰ ਟਪਾਉਣਾ ਵਿਸ਼ਾ ਕਦੀ 3600 ਪੜ੍ਹ ਲਓ ਸਵਾਲ ਵਿਸ਼ਾ ਕਦੀ 360 ਪੜ੍ਹ ਲਓ ਉਹਦੇ ਵਿੱਚ ਗੱਲਾਂ ਬਾਤਾਂ ਆ ਜਾਣੀਆਂ ਅੱਜ ਵੀ ਉਹੀ ਚੀਜ਼ ਪ੍ਰੂਫ ਹੋਈ ਹੈ ਕੁਛ ਅੱਕ ਵਾਲੀ ਗੱਲ ਨਹੀਂ ਸੋ ਕੁੱਲ ਮਿਲਾ ਕੇ ਬੋਰਡ ਆਫ ਐਡਮਿਨਿਸਟ੍ਰੇਸ਼ਨ ਹੈਨਰੀ ਲਾਰੈਂਸ ਹੈ ਆਪਾਂ ਜੌਨ ਲਾਰੈਂਸ ਦੀ ਗੱਲ ਵੀ ਕੀਤੀ ਵੀ ਹੈ ਆਪਾਂ ਰਿਚਰਡ ਦੀ ਗੱਲ ਵੀ ਕੀਤੀ ਵੀ ਹੈ ਯਾਰ ਸਾਰੇ ਬੰਦੇ ਆਪਾਂ ਦੇਖੇ ਹੋਏ ਹੈ ਬਾਕੀ ਬੱਚੇ ਦਾ ਆਨਸਰ ਸਹੀ ਹੋ ਗਿਆ ਚਲੋ ਫਿਰ ਆਪਾਂ ਪੰਜਾਬ ਦੇ ਨਾਂ ਦੀ ਗੱਲ ਕੀਤੀ ਵੀ ਹੈ ਸਪਤ ਸਿੰਧੂ ਕਦੋਂ ਹੈ ਪੰਚਨਦ ਕਦੋਂ ਹੈ ਪੈਂਟਾਪਟਾਮੀਆ ਸੂਬਾ ਹੈ ਲਾਹੌਰ ਸਾਰਾ ਕੁਛ ਫਿਰ ਸੌਖਾ ਸਵਾਲ ਹੈ ਤੁਹਾਡੇ ਪੜ੍ਹੇ ਚੋਂ ਹੀ ਆਇਆ ਭਾਈ ਮੈਂ ਤਾਂ ਇਹੀ ਕਹਿ ਸਕਦਾ ਕਿਉਂਕਿ ਜੋ ਬਾਹਲਾ ਵੱਡਾ ਤੀਰ ਤਾਂ ਮਾਰਿਆ ਨਹੀਂ ਵੀ ਆਪਣੇ ਨੋਟਸਾਂ ਚੋਂ ਆ ਗਿਆ ਸਪਤ ਸਿੰਧੂ ਇਹ ਸਾਰਾ ਪੰਜਾਬ ਹੀ ਪੜ੍ਹੀ ਬੈਠਾ ਹੋਊਗਾ ਠੀਕ ਹੈ ਨਾ ਚਲੋ ਹੁਣ ਆਉਂਦੀ ਆ ਸਿਰੇ ਦੇ ਸਵਾਲਾਂ ਟੈਂ ਟੈਂ ਹੁਣ ਬਚ ਕੇ ਰਹੋ ਮਾੜਾ ਜਿਹਾ ਕਿਉਂਕਿ ਇਹ ਉਹ ਸਵਾਲ ਹੈ ਜਿਹੜੇ ਤੁਸੀਂ ਕਿਤੇ ਸੁੰਘੇ ਵੀ ਨਹੀਂ ਪਰ ਆਪਾਂ ਕਰੇ ਵੀ ਹੈ ਸੱਚ ਹਾਂ ਤੁਸੀਂ ਕਹਿੰਦੇ ਹੋ ਦੱਸਿਆ ਤਾਂ ਹੈ ਨਹੀਂ ਵੀ ਕਿੱਥੇ ਕਰੇ ਵੇ ਹੈ ਲਿਖ ਕੇ ਲੈਣ ਲਿਖ ਕੇ ਘਬਰਾਓ ਨਾ ਆ ਤਾਂ ਸਵਾਲ ਫਿਰ ਕਰੰਟ ਫਿਰ ਦਾ ਆ ਗਿਆ ਅੱਜ ਕੱਲ੍ਹ ਤੁਹਾਨੂੰ ਪਤਾ ਆਮ ਆਦਮੀ ਪਾਰਟੀ ਹੋਈ ਵੀ ਹੈ ਲਓ ਵੀ ਮੁੰਡਿਓ ਆਹ ਸਵਾਲ ਹੁਣ ਕਿਸੇ ਨੂੰ ਕੀ ਪਤਾ ਹੁਣ ਮੈਂ ਦੱਸਦਾ ਇਹ ਕਹਿੰਦੇ ਸਪੀਕਰ ਆਫ ਲੋਕ ਸਭਾ ਕਹਿੰਦੇ ਮੈਂਬਰ ਨੂੰ ਕਹਿੰਦਾ ਵੀ ਤੂੰ ਚੁੱਪ ਕਰ ਜਾ ਬਈ ਓਏ ਦੂਜੇ ਨੂੰ ਬੋਲ ਲੈਣ ਦੇ ਉਹਦੀ ਵਾਰੀ ਆ ਗਈ ਜਾਂ ਆਪਾਂ ਵੈਸੇ ਐਸੇ ਮਜ਼ਾਕੀਆ ਤੌਰ ਤੇ ਪੜ੍ਹਦੇ ਹੁੰਦੇ ਹੈ ਕਹਿੰਦੇ ਇਹਨੂੰ ਕੀ ਕਹਿੰਦੇ ਹੈ ਵੈਸੇ ਬੱਚਾ ਸਵਾਲ ਛੱਡਿਆ ਆ ਕਿਉਂਕਿ ਇਹ ਸਵਾਲ ਸੀਗਾ ਮੈਰਿਟ ਲਿਸਟ ਚ ਲਿਆਉਣ ਵਾਲਾ ਇਹਦਾ ਜਵਾਬ ਆਊਗਾ ਸੀ ਹੁਣ ਤੁਸੀਂ ਇਹ ਮੈਂ ਜਮਾ ਸਿੱਧਾ ਡਾਇਰੈਕਟ ਕਿੱਥੇ ਕਰਾਇਆ ਹੋਇਆ ਹੁਣੇ ਆਪਣਾ ਸੁਪਰ ਡੁਪਰ ਟੈਸਟ ਸੀਰੀਜ਼ ਪਾਰਲੀਮੈਂਟ ਪਾਰਟ ਦੂਜਾ ਕੁਐਸਚਨ ਨੰਬਰ 19 ਉਹ ਚ ਆਪਾਂ ਅਡਜਰਨਮੈਂਟ ਦੀ ਗੱਲ ਕੀਤੀ ਹੈ ਕ੍ਰੋਸਿੰਗ ਦੀ ਫਲੋਰ ਦੀ ਗੱਲ ਕੀਤੀ ਹੈ 43rd ਕੁਐਸਚਨ ਦੇ ਵਿੱਚ ਪਾਰਲੀਮੈਂਟ ਦਾ ਪਾਰਟ ਨੰਬਰ 3 ਕੁਐਸਚਨ ਨੰਬਰ 51 ਉਹਦੀ ਵਰਡਿੰਗ ਜਮਾ ਡਿਟੋ ਸੇਮ ਹੈ ਕ੍ਰੋਸਿੰਗ ਦਾ ਫਲੋਰ ਵੀ ਬੱਚੋ ਦੱਸਿਆ ਹੋਇਆ ਕੀ ਹੈ ਵੈਸੇ ਅੱਜ ਆਪਾਂ ਰਿਵਿਊ ਕਰ ਰਹੇ ਹਾਂ ਅੱਜ ਕਦੇ ਐਨ ਮੰਨੋ ਮੈਂ ਇਹ ਦੱਸੂਗਾ ਹਾਂ ਸੈਸ਼ਨ ਦੇ ਵਿੱਚ ਆਪਾਂ ਰੱਖਾਂਗੇ ਜਿਹੜੇ ਆਪਣਾ ਸ਼ਾਮ ਦਾ 7 ਵਜੇ ਸੈਸ਼ਨ ਹੁੰਦਾ ਹੈ ਟਾਈਮ ਕੱਢਿਆ ਕਰਾਂਗੇ ਹੁਣ ਆਪਾਂ ਬੇਫਿਕਰ ਹੋ ਜਾਓ ਕਿਉਂਕਿ ਬੱਚਿਆਂ ਨੂੰ ਕੁਆਲਿਟੀ ਐਜੂਕੇਸ਼ਨ ਦੀ ਮਤਲਬ ਕੀ ਹੈ ਘਾਟ ਹੈਗੀ ਹੈ ਹਾਂ ਆਹ ਸਵਾਲ ਫਿਰ ਆ ਗਿਆ ਕਹਿੰਦੇ ਜਦੋਂ ਹਾਊਸ ਆਫ ਪਾਰਲੀਮੈਂਟ ਅਡਜਰਨ ਹੋ ਗਿਆ ਵਿਦਆਊਟ ਨੇਮਿੰਗ ਅ ਡੇ ਫਾਰ ਰੀਅਸੈਂਬਲੀ ਜਿਵੇਂ ਆਪਾਂ ਮਜਾਲ ਚ ਪੜ੍ਹਦੇ ਸੀ ਵੀ ਸਪੀਕਰ ਉੱਠ ਕੇ ਭੱਜ ਜਾਂਦਾ ਬਾਹਲਾ ਹੱਲਾ ਗੁੱਲਾ ਮੱਚ ਗਿਆ ਉਹ ਕਹਿੰਦਾ ਅੜੀ ਹਾਊਸ ਕਹਿੰਦਾ ਅਨਿਸ਼ਚਿਤ ਸਮੇਂ ਦੇ ਲਈ ਅਸਥਗਿਤ ਕੀਤਾ ਜਾਂਦਾ ਕਹਿੰਦਾ ਹੁਣ ਮੈਨੂੰ ਨਹੀਂ ਪਤਾ ਕਿੱਦੇ ਮੁੜਾਂਗੇ ਇਸ ਨੂੰ ਮੈਂ ਦੱਸਦਾ ਬਾਲੀਆਂ ਵਧੀਆ ਤਰੀਕੇ ਨਾਲ ਤੁਹਾਨੂੰ ਬੱਚੋ ਸਾਰੀਆਂ ਡੈਫੀਨੇਸ਼ਨਾਂ ਕਰਾਈਆਂ ਪੋਲਿਟੀ ਦੀ ਕਲਾਸ ਨੰਬਰ 22 ਦੇਖੋ ਸਾਰੀਆਂ ਟਰਮਾਂ ਸਮਨਿੰਗ ਕੀ ਹੁੰਦਾ ਹੈ ਪ੍ਰੋਰੋਗੇਸ਼ਨ ਕੀ ਹੁੰਦਾ ਹੈ ਅਡਜਰਨਮੈਂਟ ਆਹ ਤੁਹਾਨੂੰ ਮੈਂ ਸਪੈਸ਼ਲ ਦੱਸਿਆ ਵੀ ਅਡਜਰਨਮੈਂਟ ਆਫ ਸਿਟਿੰਗ ਹਾਊਸ ਤਾਂ ਗੱਲ ਹੀ ਨਹੀਂ ਹੁੰਦੀ ਕੋਈ ਇੱਕ ਤਾਂ ਹੁੰਦਾ ਇਕੱਲਾ ਅਡਜਰਨਮੈਂਟ ਇੱਕ ਹੁੰਦਾ ਅਡਜਰਨਮੈਂਟ ਸੈਨੇਡਾਈ ਸਮਝ ਗਏ ਸੋ ਇਹ ਚੀਜ਼ ਆਪਾਂ ਫਿਰ ਯਾਦ ਰੱਖਣੀ ਹੈ ਬੜੀ ਪਿਆਰੀ ਚੀਜ਼ ਹੈ ਹੁਣ ਕਿਸੇ ਨੂੰ ਪਤਾ ਹੀ ਨਹੀਂ ਨਹੀਂ ਅੱਜ ਵਾਲੇ ਪੇਪਰ ਦਾ ਹੁਣ ਕੋਈ ਅਨੈਲਿਸਿਸ ਕੋਈ ਰਿਵਿਊ ਛੇਤੀ ਛੇਤੀ ਕਿਉਂ ਨਹੀਂ ਹੋ ਰਹੇ ਜਿਵੇਂ ਕੱਲ੍ਹ ਹੋ ਰਹੇ ਸੀ ਕੱਲ੍ਹ ਪਤਾ ਹੈ ਪੇਪਰ ਨਹੀਂ ਕੋਲੇ ਲੈਣ ਨਹੀਂ ਕੋਈ ਦੇਣ ਨਹੀਂ ਉਹ ਜਿਹਨੇ ਮਾੜਾ ਮੋਟਾ ਦੱਸਤਾ ਠੀਕ ਹੈ ਬਸ ਇੰਨਾ ਫਿਰ ਆਪਣਾ ਸੈਸ਼ਨ ਬਣ ਗਿਆ ਸਮਝ ਗਏ ਮੇਰੀ ਗੱਲ ਇੰਨਾ ਲਾਈਕ ਸ਼ੇਅਰ ਖੇਡ ਗਏ ਹੋਰ ਕਿੱਡੀ ਗੱਲ ਹੈ ਆਹ ਦੇਖੋ ਕਹਿੰਦੇ ਓਨਲੀ ਪਲੇਅਰ ਹੁਣ ਬਹੁਤ ਤੁਹਾਨੂੰ ਪੜ੍ਹਾਇਆ ਲੋਕਾਂ ਨੇ ਆਹ ਆਪਣੇ ਜਿਹੜੇ ਆਪਣੇ ਆਪਣੇ ਟੈਨਿਸ ਚ ਗ੍ਰੈਂਡ ਸਲੈਮਸ ਹੁੰਦੇ ਹੈ ਆਹ ਵਿੰਬਲਡਨ ਹੋ ਕੇ ਹਟਿਆ US ਓਪਨ ਹੈ ਫ੍ਰੈਂਚ ਓਪਨ ਹੈ ਆਸਟ੍ਰੇਲੀਅਨ ਓਪਨ ਹੈ ਬਟ ਆਪਾਂ ਤੁਹਾਨੂੰ ਕੀ ਪੜ੍ਹਾਇਆ ਗੋਲਡਨ ਸਲੈਮ ਇਸ ਨੂੰ ਦੱਸ ਦਿੰਦਾ ਸਪੋਰਟਸ ਦੀ ਕਲਾਸ ਨੰਬਰ 2 ਕੁਐਸਚਨ ਨੰਬਰ 12 ਆਪਸ਼ਨ ਵੀ ਸੇਮ ਹੈ ਤੁਹਾਨੂੰ ਆਹ ਸਾਰੇ ਬੰਦੇ ਦੱਸੇ ਹੋਏ ਹੈ ਸਰੀਨਾ ਵਿਲੀਅਮਸ ਰਿਕਾਰਡ ਦੱਸਿਆ ਹੋਇਆ ਇਹਨੂੰ ਜੋ ਕੋਚ ਵੜਕਾਤਾ ਵਿਚਾਰੇ ਨੇ ਹੋਏ ਇਹਦਾ ਆਂਸਰ ਸਟੈਫੀ ਗ੍ਰਾਫ ਆਊਗਾ ਗੋਲਡਨ ਸਲੈਮ ਕੀ ਹੁੰਦਾ ਇਹ ਵੀ ਦੱਸਿਆ ਹੋਇਆ ਪਰ ਗੱਲ ਤਾਂ ਗੱਲ ਦੀ ਹੈ ਵੀ ਪ੍ਰੋਪਰ ਕੰਟੈਂਟ ਤਾਂ ਇੱਕ ਵਾਰ ਪੜ੍ਹਨਾ ਹੀ ਪੈਣਾ ਮੈਂ ਬਹੁਤ ਕਹਿੰਦਾ ਰਿਹਾ ਬਹੁਤ ਪਿੱਟਦਾ ਰਿਹਾ ਵੀ ਪੰਜਾਬ ਦੇ ਪੇਪਰਾਂ ਦੇ ਲਈ ਨੰਬਰ 1 ਬੈਚ ਵਿੱਚ ਦੀ ਇੱਕ ਵਾਰ ਟੱਪਣਾ ਪਊਗਾ ਜੇ ਮੈਰਿਟ ਲਿਸਟ ਵਿੱਚ ਆਉਣਾ ਹੈ ਉਸ ਨੂੰ ਅਹਿਸਾਸ ਹੋ ਜਾਊਗਾ ਅੱਜ ਨਹੀਂ ਤਾਂ ਕੱਲ ਹਾਂ ਹੋ ਸਕਦਾ ਵੀ ਸਾਡੇ ਦੇ ਵਿੱਚ ਵੀ ਐਡਵਰਟੀਜ਼ਮੈਂਟ ਦੀ ਕਮੀ ਹੋਵੇ ਮਾਰਕੀਟਿੰਗ ਦੀ ਕਮੀ ਹੋਵੇ ਜਾਂ ਸਭ ਤੋਂ ਫਿਲਮਾਂ ਜਾਂ ਬਣਾ ਕੇ ਨਹੀਂ ਪਾਈਆਂ ਜਾ ਰਹੀਆਂ ਉਹਦੀ ਕਮੀ ਅਸੀਂ ਮੰਨਦੇ ਹਾਂ ਵੀ ਸਾਡੇ 'ਚ ਇੰਨੀ ਕਮੀ ਤਾਂ ਹੈ ਕਿਉਂਕਿ ਸਾਡਾ ਧਿਆਨ ਸਾਰਾ ਬੱਚੋ ਕਿਹਦੇ ਵੱਲ ਹੈ ਕੰਟੈਂਟ ਵੱਲ ਹੈ ਪੜ੍ਹਾਈ ਵੱਲ ਹੈ ਹਜੇ ਗਾਹਾਂ ਦੇਖਿਓ ਤੁਸੀਂ ਗਾਹਾਂ ਤਾਂ ਸਵਾਲ ਇਹੋ ਜਿਹੇ ਹੈ ਦੂਰ ਦੂਰ ਤੱਕ ਕੋਈ ਸੰਬੰਧ ਹੀ ਨਹੀਂ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਵੀ ਕਿਸੇ ਕੋਈ ਬੰਦਾ ਕਹਿ ਨਹੀਂ ਸਕਦਾ ਵੀ ਨੋਟਸ ਦਾ ਸਵਾਲ ਹੈ ਅਗਲਾ ਬੋਂਡ ਫਿਰ ਆਪਾਂ ਦੇਖ ਆਹ ਸਵਾਲ ਔਖਾ ਆ ਗਿਆ ਆਹ ਜਵਾਕਾਂ ਨਾਲ ਧੱਕਾ ਹੋ ਗਿਆ ਹਲੇ ਤਾਂ ਮੇਰੀ ਸੁਪਰ ਡੁਪਰ ਟੈਸਟ ਸੀਰੀਜ਼ ਵੈਸੇ ਪੰਜਾਬ ਜੀ ਕੇ ਸੈਰੀਜ਼ ਕਲੈਕਸ਼ਨ ਚੱਲੀ ਜਾਂਦੀ ਹੈ
पर हुण मैं कह नहीं सकदा ना, तुसीं कहोगे भी उह तां हुण बाद दी गल है, उहदे च तां वैसे ही आ जांदा, पर आ सवाल औखा आ गया बच्चो। बच्चे तां पता बच्चों नूं, जिहड़े बच्चे वधिया तरीके नाल पढ़ाई करदे आ, पर मैनूं औखा मानदा, औखा इन्ना भी नहीं मानदा भी हो सकदा भी बच्चा आ लै जिवें आ गया भी 1849, 50, 72, 73, इन्ना तां पता यार भी घट्टो घट्ट इह 1900 दी गल है, इन्ना तां मन के चलो भी अकड़ वकड़ आपां दो च करना सी। माड़ी किस्मत होए बेचारे ने ना आ कट के आ लाता, वैसे आ सही सी 7-8, चलो कोई गल नहीं। फिर अमृता शेरगिल अगेन एक कॉमन सेंस का बच्चों सवाल सीगा भी वैसे सही है, बहुत मशहूर पेंटर है, होला महला बच्चों पति है, आनंदपुर साहब अलगोजा पति है, म्यूजिकल इंस्ट्रूमेंट है, यह सब कुछ पति है, पंजाब बाउंड्री कमीशन ये तो आप हूँ ही आप पिछले जिते बैच पंजाब जी के स्टार्ट करिए सारा कुछ ही देखा हुआ है। वैसे ये भी ना सही है, रेड क्लिफ आ मुहम्मद मुनीर अगे जस्टिस दिन मुहम्मद मुहम्मद मुनीर तेजा सिंह सारे बंदे पढ़े से आप मेरे किराए चो आ गया, यस मेरे किराए चो आ गया, क्योंकि ये कड़ा सोनू पता होगा भी भगत सिंह कदों शहीद होया है, ये सोनू मैं दस्या है 23 मार्च 1931। हुण आ फिर सवाल आ गया धनी राम चात्रिक, हुण सवाल देखो लै भी खेतीबाड़ी, हुण बेचारा यार खेती खेती तो जो बंदा कह रहा है एक बार खेत छड्ड जे वो तो बंदा दोबारा बाड़ी नहीं सकता, समझ गए मेरी गल, बाकी जो बंदा स्पैशल लिटरेचर की फील्ड का हो कुल मिला के वैसे भी इन्ना सही है। पर सवाल सारे की है सिंपल है, आ शीट मेरे अकॉर्डिंग सारे बच्चों वास्ते की है सिंपल है, सारे बच्चों सिंपल है, हो सकता भी काफ़ी बच्चों का आ भी आंसर गलत हो गया हो, क्योंकि हो सकता किसी ए लग्या हो खड़ारण ना हो आर्कीटेक्चर के नाल संबंधित ना हो आ सवाल है। सो हजे तक 4 सवाल है जिन्हों लैके बच्चों ने मार खाधी होगी। आ गया सिरे का सवाल, मैं उसमें सारा पढ़ा जलियां वाले बाग का की चक्कर होंगे, जलियां वाले बाग आप देखिए 13 अप्रैल 1919 घटना वापरती है, उदो महीना पहला 18 दिन पहला 23 दिन पहला एग्जैक्ट आप देखना हो 18 मार्च 1919 बचो राउल अटैक आया से, फिर उसमें मैं 2 बंदे लिखा होंगे भी सैफुद्दीन किचलू चक्या गया अपना, फिर सैफुद्दीन बचो किचलू आ गया, समझ गए ये भी आप किया हो। तो सारे सवाल एंड तक जरूर देखने हैं क्योंकि ये चीज़ा कर दया मैटर, आ फिर मेरे किराए चो आ गया आता मैं कहना किसी ने पढ़े ही नहीं होना ये थोड़े पढ़े चो आ गया, बहुत सौखा सवाल है, उम्र दसनी है राज्यसभा 30 साल है, आ थोड़े किन्ने हड है दसो बेटे तुम तड़ाने हैं, वैसे तुम दसने आपदे आ बेचारा मार खा गया ये आपदे दसिया है। इतने बच्चो इनफेंट दे पुछे इनफेंट मनुखी बच्चे दे शरीर बच्चे पुछे बच्चे दे आप बुढ़े हो गए हम आप आपदे भी दस कहने हैं, वैसे अपने मन के चलो भी 300 के आस पास कह देंगे है बट 300 के नेड़े फिर अपना 270 आ गया, समझ गए मेरी गल, आ चाइल्ड सैक्सुअल एक्ट आ गया पॉक्स पॉक्सो आ सू मैं सारे लैणों बार लिखाए से बच्चों जिमें भी आ अपना सन है सन के नेड़े सब तो पहला कि मरकरी वीनस अर्थ मार्स फिर अपनी बैल्ट आ गई फिर जुपीटर सैचुरन यूरेनस से नैपचून अगेन बहुत बहुत सिंपल क्वेश्चन है ये भी आपता हो तो नेड़े केड़ा है मरकरी ये भी सारा कुछ आप देखा हो सवाल वैसे आना तो बंद है जिहड़े हिसाब नाल आपां हुण कनेडा कनेडा हुई पई है जिहड़े हिसाब नाल कनेडा आपां बदनाम कर दिता गया है जिहड़े जिहड़े किलोमीटर दीआं लैणां बणीआं पईआं कनेडा दे विच तां ही कहिंदे आ इत्थे रहो आपदे देश च रहो आपदी स्टेट च रहो आपदे जिले च रहो इत्थे सब कुछ मिलता है मेहनत करन वाले नूं मिलता है शॉर्टकट नहीं कोई भी हुंदा सो चंगे रहोगे आ कनेडा दी पुछण लग गए हो ਉੱਤਰੀ ਦੀ ਓਏ ਵੈਨਕੂਵਰ ਟਿਕਲਾ ਹੈ ਮਾੜੀ ਕਿਸਮਤ ਟੋਰਾਂਟੋ ਮੌਂਟਰੀਅਲ ਓਟਾਵਾ ਹੈ ਕਿਹੜੀ ਆਂਸਰ ਹੈ ਇਹਦਾ ਵਿੱਚੋਂ ਓਟਾਵਾ ਆਜੂਗਾ ਆ ਪਹਿਲਾ ਮੈਚ ਇਹ ਵੀ ਸਪੋਰਟਸ ਦੀਆਂ ਕਲਾਸਾਂ ਚੱਕ ਕੇ ਦੇਖਿਓ ਵੈਸੇ ਮੈਂ ਇਹ ਕਲਾਸ 'ਚ ਐਂ ਨਹੀਂ ਕਹਿੰਦਾ ਵੀ ਕੁਸ਼ਚਨ ਹੀ ਪਾਇਆ ਹੋਇਆ ਇਹ ਦੱਸਿਆ ਹੋਇਆ ਜਦੋਂ ਵਰਲਡ ਕੱਪਾਂ ਦੀ ਗੱਲ ਕਰੀ ਸੀ ਵੀ ਆਜ਼ਾਦੀ ਤੋਂ ਬਾਅਦ ਪਹਿਲੀ ਸੈਂਚਰੀ ਕਿਹਨੇ ਮਾਰੀ ਹੈ ਪਹਿਲਾ ਮੈਚ ਕਦੋਂ ਖੇਡਿਆ ਗਿਆ ਸਿੰਪਲ ਸਵਾਲ ਆ ਯਾਰ ਵੈਸੇ ਇਹ ਵੀ ਇਹਨਾਂ ਦਾ ਗਲਤ ਹੈ ਇੰਨੀ ਗਲਤ ਹੈ ਵੀ ਜਿਹਦਾ ਵੀ ਇਹ ਪੇਪਰ ਹੈ ਇਹਦਾ ਟੈਂਪੂ ਟੇਢੇ ਹੀ ਲੱਗਦਾ ਭਾਈ ਸਾਹਿਬ ਆਪਾਂ ਨੂੰ 1932 ਆ ਜਾਊਗਾ ਆ ਪਿੰਗਲੀ ਵੈਨਕੀਆ ਹੋਏ ਕਿੰਨੇ ਥਾਵਾਂ 'ਤੇ ਪੜ੍ਹਿਆ ਜਿਹਨਾਂ ਨੇ ਆਪਣਾ ਨੈਸ਼ਨਲ ਫਲੈਗ ਡਿਜ਼ਾਈਨ ਕੀਤਾ ਹੈ ਜਿਹੜਾ ਆਹ ਸਵਾਲ ਆ ਨਾ ਮਾਊਂਟ ਬੈਟਨ ਪਲੈਨ ਨੇ ਰੈਫਰੈਂਡਮ ਬਾਰੇ ਕਿਹਾ ਦੱਸੋ ਕਿਹੜੇ ਪ੍ਰੋਵਿੰਸ ਦੇ ਲਈ ਇਹ ਜਮਾਂ ਡਿਟੋ ਸੇਮ ਕੁਸ਼ਚਨ ਹੈ ਟੈਸਟ ਬੁੱਕ 'ਤੇ ਕਿ ਇਹ ਮੈਨੂੰ ਕਿਉਂ ਪਤਾ ਹੈ ਕਿਉਂਕਿ ਹੁਣ ਮੈਂ ਪੰਜਾਬ ਦੀ ਹੀ ਟੈਸਟ ਸੀਰੀਜ਼ ਤਿਆਰ ਕਰ ਰਿਹਾ ਸੀਗਾ ਜਮਾਂ ਡਿਟੋ ਕੁਸ਼ਚਨ ਯਾਰ ਆਪਸ਼ਨ ਵੀ ਸੇਮ ਹੈ ਸਿੰਧ ਬਲੋਚਿਸਤਾਨ ਸਾਰਾ ਕੁਛ ਸੇਮ ਹੈ ਆਹ ਸਮੂਹ ਮੈਂ ਸਮਝਾਊਂਗਾ ਵੀ ਵੈਸੇ ਚਲੋ ਠੀਕ ਹੈ ਆਪਾਂ ਰਿਵਿਊ ਕਰਨਾ ਹੈ ਇਹਦਾ ਆਂਸਰ ਕੀ ਆਊਗਾ ਨੌਰਥ ਵੈਸਟ ਫਰੰਟੀਅਰ ਆਊਗਾ ਆ ਗਿਆ ਸਿਰੇ ਦਾ ਸਵਾਲ ਹੁਣ ਇਹ ਸਵਾਲ ਮੈਂ ਸ਼ਰਤ ਲਾ ਕੇ ਕਹਿਣਾ ਵੀ ਕੋਈ ਵੀ ਕਹਿ ਦੇ ਆਪਾਂ ਪੜ੍ਹਾਈ 'ਚੋਂ ਆ ਗਿਆ ਆਪਾਂ ਕਹਿਣੇ ਹੈ ਦੱਸਦਾ ਤੁਹਾਨੂੰ
लिख के लिया घबराओ ना, अज हो सकता बथेरिया कहते हो बाली फ्लो च लगी जाए। ये अपना बचो अपना क्वेश्चन हैगा कनक लता बरूवाला, क्योंकि ये किसी को पता ही नहीं, मैं दसदा एग्जैक्ट दसदा। अपनी मॉडर्न हिस्टरी बचो खोलो, मॉडर्न हिस्टरी के मैं सारिया इंपॉर्टेंट वूमेन्स अड क्लास लवाई है। अठवें नंबर से इस वूमन का जिक्र किया है विद आह पॉइंट भी फायरिंग वाला सारा कुछ देखा हो। आप देखिए जो तुम पढ़ के गए होंगे पेपर च, दसो देखो बच्चे की क्या फीलिंग हो यार, वो पेपर के बैठे ही मतलब इन्ना जोश आ गया होगा, उनको पता है भी ये बहुत रेयर केस बच्चों का सही होगा जोड़ा असी करके आ रहे हैं। इस तो बाद मेरे भी याद आ गया क्योंकि मैं तो खुद क्लासा लाई हैं। इस तो बाद मैं गल करता हूं बसंती देवी जो अपनी वाइफ होंगी सी अरदास की, सो वूमेन की स्पैशल क्लास है यार, स्पैशल सवाल है, माड़ी मोटी गल है, तो कुल मिला के भी सारा क्वेश्चन हो गया। पर यह सारे पॉइंट आप याद रखने भाई, मिक्सड इकोनमी तो आप जो आप कल परसों सैशन रखे स्पैशल थोड़ी कहते डिमांड से वो आप गल की, जो आप सोशलिज्म की गल करते जोड़ा इंडियन ब्रांड है बच्चों सोशलिज्म का, वो मिक्सड इकोनमी वाला है भी जिते पब्लिक सैक्टर भी एग्जिस्ट करता है तो प्राइवेट सैक्टर भी एग्जिस्ट करता है। सो ये भी आप सारा कुछ देखा हो, समझ गए मेरी गल। फोन बहुत ज्यादा आ रहा है, 14-15 फोन आ गया, फिर यही बच्चे पता की आएंगे फोन नहीं चकता, आ चक्कर बह जाता कहते हु लेट दी दुर्गयाना मंदिर पंजाब जीके की क्लास चाह के देखो। ये मैं इस तरीके ने दस्या होया है जो उसमें मैं नोट्स तो पढ़ा रहा है, मैं कहा यार लिख लो मदन मोहन मालवीय, एक दो बच्चों ने कहा भी छोड़ो पर की लिखना है, क्योंकि ऑफलाइन थोड़ा जहा रिलेशन यह जी बन जाता होंगे, वो कहीं छोड़ो भी यहाँ की लिखना है, मैं कहा यार लिख लो क्योंकि मेरे को भी लिखा हुआ है, मैं ये चाहना भी अपने तो सोडे कोई फर्क ना रहे। आ देख लो वैसे सवाल सौखा है, कोई बड़ा बड़ा सवाल नहीं है, जोड़ा पिछले आप कणक लताला देखे है, ये सवाल सिंपल है, जो मैं ना भी किया हों पढ़े लिखे हो आप भी मेहनत करोगे 100 थावां तो पढ़ोगे, ये तो बहुत थावां देख लिया होगा। हाँ सवाल मेरे किराए चो फिर आ गया, यस आता किसी को पता ही नहीं भी पेप्सू तो पंजाब कदों मर्ज हुए हैं, आप ही कराया है, एडा जाली सवाल एडा सिंपल सवाल 1956 आ गया। तो कुल मिला के बच्चों मेरे कहने का मतलब की है कि ऐप तुहाडे कोल होने जरूरी है, वैसे कहने तो कुछ होर लग्या सी कोई पता नहीं गड्डी कितों चल जाए, तो ये ऐप तुहाडे कोल होनी जरूरी है। फ्यूचर अपना बहुत ब्राइट है, ब्राइट इन द सेंस अपने कोल ऑपरचुनिटीज बहुत है, मौके बहुत है। वीडियो दोबारा एग्जाम आऊगा, सुन पिछे मैं 2 हफ्ते पहले 1.5-3 मिनट की क्लिप पाई है, वैकेंसीज का ढेर है, तो आपकी मेहनत जारी रखो, कामयाबी पक्का मिल जानी है यार। अज मैं इन्ना पक्का पता है भी घट्टो घट 40-45 मैसेजेस खास करके जो मैं सारू सवाल दसी है ना, ये स्पैशल बच्चे स्क्रीनशॉट सेंड कर रहे हैं कि सर जी लिखा सवाल आ गया, तो एदू वड्डी संतुष्टि टीचर दे लिए नहीं हो सकती भी पेपर तो बाद बच्चा वो स्क्रीनशॉट सेंड करे। तो मैं ता कहना है भी ये ऐप डाउनलोड करो, कोर्सेस सानू पता है फ्रैश अपने चलते हैं, अपने फॉर 1 साल की वैलिडिटी होंगी इस कोर्स की बच्चों, ये आप फुल फ्लैज कंटेंट आप कवर करते हैं, लाइव क्लासा होंगे, जेकर लाइव नहीं लगा सकते तो बाद टाइम टेबल के अकॉर्डिंग कदों मर्जी क्लास ला सकते हो। फिर अपना पंजाब का नहीं कह सकते, मैं कहना इस समय नॉर्थ इंडिया का यह बेस्ट कोर्स है बच्चों, क्योंकि साउथ के हले अकैडमी बारे मैं इन्ना नहीं जानता, बट नॉर्थ में क्योंकि सानू पता है भी इस चीज़ लिए आप कितनी मेहनत करी है। ये फाउंडेशन बैच का मतलब की है, सारे मॉड्यूल कंप्लीट डिटेल बेसिक टू एडवांस लैवल, जेकर तुझे ट्रिकी तो ट्रिकी क्वेश्चन भी सॉल्व करना है तो सब तो बड़ी गल की है सुपर डुपर टेस्ट सीरीज, उदू भी सब तो बड़ी गल की है। वैसे मैं दस दिना वीडियो मैं हजे तक नहीं दसिया, वैसे भी वीडियो अपनी बहुत लंबी हो चुकी है, इतों तक कोई शायद ही पहुँचा हो जो अपना ओल्ड स्टूडेंट है अज वो 500 रुपीज ऑफ हो अपना बच्चों इस नंबर पर कॉल कर सकता है, तो उन्होंने आप फिर बैच के अलग तो ऐड करवावे इधरों साढ़े एंड तो, ठीक है ना। सो ये ही बचो अज का अपना ये सैशन समाप्त होंगे, तो आप टाइम कटते हैं अपना जी शाम की अपनी जी क्वालिटी एजुकेशन जिसमें प्रोवाइड करवानी है वधिया टॉप से 10 एम सी करवाया करा, वो आप बहुत ही जल्द शाम को फिर कंटिन्यू करा। बाकी टीम भी तुम अपनी सारी देख ही रहे हो, इंग्लिश की क्लास होंगी है, मैथ की क्लास होंगी है, पंजाबी की क्लास होंगी है, जीके की क्लास होंगी है, साइंस की क्लास होंगी है, अज वाले पेपर साइंस के क्वेश्चन है उसमें कल सर पक्का दसनगे, वो सर कहते सीधा सर जो 2-3 क्वेश्चन से वो कहते सीधे जे मैं 100-150 सवाल ही कराया वो भी वेद ही, वैसे वो क्वेश्चन सिंपल ही सी, वो मैं ऐसा लगता है कोई रेयर क्वेश्चन है, वो हो सकता है बच्चे ने कंपीटीशन की तैयारी कर रहा है वो सारे बच्चों ने सॉल्व करता होगा, ठीक है ना।
चलो ये बच्चों फिर अज्जे दे सारे सवाल है ये वीडियो बनाना तां जरूरी सीगा बिकॉज बच्चे वन बाय वन पूछी जांदे है पेपर सवाल किहो जे है इहदा आंसर की है इहदा की आंसर है उहदा की आंसर है तो मेरे हिसाब नाल वो अपने सवालों के जवाब सानूं मिल गए होणगे। एक बार कमेंट थल्ले जरूर कर दिओ जेकर कोई डाउट रहे ठीक है ना। चलो ठीक है बच्चों फिर मिलते हैं बहुत ही जल्द पढ़ाई वाले सैशन के। सत श्री अकाल फिर सर।